ਸੋ ਦੋਸਤੋ ਕਨੇਡਾ ਆਉਣ ਦੇ ਬਹੁਤ ਤਰੀਕੇ ਨੇ ਜੀ, ਆਪਾਂ ਸਟੱਡੀ ਵੀਜ਼ੇ 'ਤੇ ਆ ਸਕਦੇ ਹਾਂ, ਵਿਜ਼ਟਰ ਵੀਜ਼ਾ 'ਤੇ ਆਉਂਦੇ ਹਾਂ, ਬਿਜ਼ਨਸ ਵੀਜ਼ਾ 'ਤੇ ਆਉਂਦੇ ਹਾਂ, ਅਤੇ ਆਪਾਂ LMIA ਲੈ ਕੇ ਡਾਇਰੈਕਟ ਵਰਕ ਪਰਮਿਟ 'ਤੇ ਵੀ ਆਉਂਦੇ ਹਾਂ ਜੀ। ਸੋ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜੇ LMIA ਲੈ ਕੇ ਡਾਇਰੈਕਟ ਵਰਕ ਪਰਮਿਟ 'ਤੇ ਇੱਥੇ ਆਉਂਦੇ ਆ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਆਉਂਦੀਆਂ, 5 ਡਿਸਐਡਵਾਂਟੇਜਿਸ ਤੁਹਾਨੂੰ ਦੱਸਣ ਲੱਗਾ ਜੀ ਅੱਜ LMIA 'ਤੇ ਆਉਣ ਵਾਲਿਆਂ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਆ ਜੀ ਸਾਰਿਆਂ ਦਾ, ਵੈਲਕਮ ਟੂ ਦਾ ਚੈਨਲ ਫੈਂਟਮ ਸਿੰਘ ਕੈਨੇਡਾ। ਹੁਣ ਇੱਥੇ ਮੈਂ ਜਿਹੜੇ ਡਿਸਐਡਵਾਂਟੇਜ ਦੱਸਣੇ, ਪਹਿਲੀ ਗੱਲ ਤਾਂ ਉਹ ਵੀ ਜਿਹੜੇ ਤਾਂ ਜੈਨੂਨ LMIA ਲੈ ਕੇ ਆਉਂਦੇ ਆ, ਜੋ ਕਿ $1,000 ਦੀ ਸਰਕਾਰੀ ਫੀਸ ਹੁੰਦੀ ਲਗਭਗ ਇੰਨੀ ਕੁ, ਅਤੇ ਉਹ ਜੈਨੂਨ ਹੀ ਪ੍ਰੋਪਰ ਆਪਣੀ ਸਕਿੱਲ ਦਿਖਾ ਕੇ ਇੱਥੇ ਤੁਸੀਂ ਵਰਕ ਪਰਮਿਟ ਲੈਂਦੇ ਹੋ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਪਿਆ। ਮੈਂ ਗੱਲ ਕਰਦਾ ਪਿਆ ਜੀ ਜਿਹੜੇ ਇੱਕ ਮੋਟੀ ਕਮਾਈ ਇੰਡੀਆ ਤੋਂ ਆਪਣੀ ਹੈ ਨਾ ਜ਼ਮੀਨਾਂ ਵੇਚ ਕੇ ਜਿਹੜੇ ਪੈਸੇ ਲਾਉਂਦੇ ਆ ਉਹਨਾਂ ਦੀ। ਸੋ LMIA ਦਾ ਮਤਲਬ ਕੀ ਆ ਜੀ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਇੱਕ ਇਸ ਤਰ੍ਹਾਂ ਦਾ ਪ੍ਰੋਸੀਜਰ ਬਣਾਇਆ ਗਿਆ ਕੈਨੇਡੀਅਨ ਗਵਰਨਮੈਂਟ ਵੱਲੋਂ, ਜਿਹਦੇ ਨਾਲ ਇੱਥੋਂ ਦੀ ਕੋਈ ਵੀ ਕੰਪਨੀ ਕੈਨੇਡਾ ਤੋਂ ਬਾਹਰੋਂ ਬੰਦਾ ਬੁਲਾ ਸਕਦੀ ਆ ਵਰਕ ਪਰਮਿਟ ਦੇ ਉੱਤੇ। ਉਹਨਾਂ ਨੂੰ ਇਹ ਪ੍ਰੂਵ ਕਰਨਾ ਪੈਂਦਾ ਵੀ ਭਾਈ ਮੈਨੂੰ ਇੱਥੇ ਬੰਦਾ ਲੱਭਦਾ ਨਹੀਂ ਪਿਆ, ਜਾਂ ਇੱਥੋਂ ਦੇ ਬੰਦੇ ਮੇਰੇ ਕੰਮ ਦੇ ਨਹੀਂ ਹੈਗੇ, ਮੈਂ ਉਸ ਕੰਟਰੀ 'ਚੋਂ ਜਿਹੜਾ ਬੰਦਾ ਬੁਲਾ ਰਿਹਾ ਉਹ ਮੇਰੀ ਬਿਜ਼ਨਸ ਦੇ ਵਿੱਚ ਹੈਲਪ ਕਰੂਗਾ, ਮੈਨੂੰ ਉਹੀ ਬੰਦਾ ਚਾਹੀਦਾ। ਜਿਹੜੇ ਤਾਂ ਜੈਨੂਨਲੀ ਜਿਹੜੇ LMIA ਲੈਂਦੇ ਨਾ, ਉਹ ਤਾਂ ਚਲੋ ਬਹੁਤ ਵਧੀਆ ਮੈਂ ਕਹੂੰਗਾ, ਉਹਨਾਂ ਨੂੰ ਤਾਂ ਕੱਖ ਵੀ ਨਹੀਂ ਲੱਗਦਾ, ਉਹ ਤਾਂ ਸਟੱਡੀ ਵੀਜ਼ੇ ਤੋਂ ਵੀ ਬੈਟਰ ਆ ਜੇ ਤੁਹਾਨੂੰ ਸਿੱਧੀ LMIA ਜੈਨੂਨ ਮਿਲ ਜਾਂਦੀ, ਕਿਉਂਕਿ ਵਿਜ਼ਟਰ ਵੀਜ਼ਾ 'ਤੇ ਕੁਝ ਖਾਸ ਖਰਚਾ ਆਉਂਦਾ ਨਹੀਂ। ਜੇ ਤੁਹਾਨੂੰ ਵਿਜ਼ਟਰ ਵੀਜ਼ੇ ਤੋਂ ਸਿੱਧੀ ਜੈਨੂਨ LMIA ਮਿਲ ਜੇ ਤਾਂ ਸਿੱਧਾ ਹੀ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ, ਜਿਹੜਾ ਕਿ ਤੁਹਾਨੂੰ 2 ਸਾਲ ਦੀਆਂ ਫੀਸਾਂ ਭਰ ਕੇ ਬਾਅਦ 'ਚ ਮਿਲਣਾ ਹੁੰਦਾ, ਠੀਕ ਆ ਜੀ। ਉਹ ਗੱਲ ਵੱਖਰੀ ਹੁੰਦੀ, ਉਹ ਕਲੋਜ਼ਡ ਵਰਕ ਪਰਮਿਟ ਹੁੰਦਾ, ਬਟ ਸਟਿਲ ਬੈਟਰ ਆ ਸਟੱਡੀ ਵੀਜ਼ੇ ਨਾਲੋਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਵੀ ਪ੍ਰੋਪਰ ਸਟੱਡੀ ਵੀਜ਼ੇ ਦੇ ਕੰਪੈਰੀਜ਼ਨ ਦੇ ਵਿੱਚ ਜਿਹੜਾ LMIA ਵਾਲਾ ਵਰਕ ਪਰਮਿਟ, ਉਹਦੀਆਂ ਡਿਸਐਡਵਾਂਟੇਜਿਸ ਕੀ ਨੇ, ਹੈ ਨਾ। ਸੋ ਪਹਿਲੀ ਡਿਸਐਡਵਾਂਟੇਜਿਸ ਉਹ ਹੈਗੀ ਜੀ ਕੋਸਟ, ਕਿਉਂਕਿ ਇਹ LMIA ਮਾਰਕੀਟ ਐਡੀ ਕੁ ਵੱਡੀ ਹੋ ਚੁੱਕੀ ਹੈ ਵੀ ਲੋਕਾਂ ਨੇ ਜਿਨ੍ਹਾਂ ਕੋਲ ਪੈਸੇ ਆਏ, ਜਿਹੜੇ ਬਿਜ਼ਨਸ ਓਨਰ ਨੇ, ਉਹਨਾਂ ਨੇ ਕਈ ਆਪਣੇ ਬਿਜ਼ਨਸ ਸਿਰਫ ਇਸ ਲਈ ਖਰੀਦੇ ਆ ਤਾਂ ਕਿ ਉਹ ਲੋਕਾਂ ਨੂੰ LMIA ਵੇਚ ਸਕਣ। ਉਹ ਕੰਪਨੀਆਂ ਸਪੈਸ਼ਲ ਇਸ ਲਈ ਰਜਿਸਟਰ ਕਰਾਉਂਦੇ ਆ, ਉਨੀ ਕਮਾਈ ਸ਼ਾਇਦ ਉਹਨਾਂ ਨੂੰ ਕੰਪਨੀਆਂ ਤੋਂ ਨਹੀਂ ਹੈਗੀ ਜਿੰਨੀ ਉਹਨਾਂ ਨੇ LMIA ਵੇਚ ਕੇ ਕਮਾਈ ਕਰ ਲੈਣੀ ਹੁੰਦੀ ਆ। ਸੋ ਅੱਜ ਦੇ ਟਾਈਮ ਦੇ ਵਿੱਚ ਦੇਖੋ ਜੀ, ਜੇ ਤੁਸੀਂ ਵਕੀਲਾਂ ਕੋਲੋਂ LMIA ਲੈਂਦੇ ਹੋ, ਹੈ ਨਾ, ਸਾਰਿਆਂ ਨੂੰ ਪਤਾ ਆ ਇਹ ਅਰਾਊਂਡ ਹੁਣ ਰੇਟ ਜਿਹੜਾ ਪਹਿਲਾਂ 25 ਤੋਂ 30 ਹਜ਼ਾਰ ਹੁੰਦਾ ਸੀਗਾ, ਹੁਣ 45 ਤੋਂ 50 ਹਜ਼ਾਰ ਤੱਕ ਜਾ ਕੇ ਉਹ ਰੇਟ ਪਹੁੰਚ ਚੁੱਕਾ, ਕਿਉਂਕਿ ਜਿੱਦਾਂ ਡਿਮਾਂਡ ਵੱਧਦੀ ਆ ਉਹਦਾ ਰੇਟ ਵੀ ਵੱਧਦਾ। ਸੋ $45 ਤੋਂ $50 ਹਜ਼ਾਰ ਤੁਹਾਨੂੰ ਪੇ ਕਰਨਾ ਪੈਂਦਾ ਡਾਇਰੈਕਟ ਵਰਕ ਪਰਮਿਟ 'ਤੇ ਆਉਣ ਨੂੰ, ਵਿਚ ਇਜ਼ ਅ ਬਿਗ ਅਮਾਊਂਟ। ਹੁਣ ਸਟੂਡੈਂਟ ਤੁਸੀਂ ਕਹੋਗੇ, ਸਟੂਡੈਂਟ ਵੀ ਤਾਂ 1,00,000 ਲਾ ਕੇ ਆਉਂਦਾ ਹੀ ਆ, ਤਾਂ ਉਹਦੇ 'ਚ ਕੀ ਹੈ ਜੀ ਸਾਨੂੰ ਡਾਇਰੈਕਟ ਵਰਕ ਪਰਮਿਟ ਮਿਲਦਾ। ਦੇਖੋ ਜੀ, ਸਟੂਡੈਂਟ ਨੂੰ ਨਾ ਓਪਨ ਵਰਕ ਪਰਮਿਟ ਮਿਲਦਾ, ਨਾਲੇ ਉਹਨੂੰ 2 ਸਾਲਾਂ ਬਾਅਦ ਇੱਕ ਸਟੱਡੀ ਵੀ ਹਾਸਲ ਹੋਣੀ ਆ। ਤੁਹਾਨੂੰ ਸਿਰਫ ਇਕੱਲਾ ਵਰਕ ਪਰਮਿਟ ਹੀ ਮਿਲਣਾ ਆ, ਕੋਈ ਸਟੱਡੀ ਨਹੀਂ ਮਿਲਣੀ, ਪਲੱਸ ਤੁਹਾਡਾ ਪਰਮਿਟ ਵੀ ਕਲੋਜ਼ਡ ਹੁੰਦਾ। ਇਹਦੇ ਬਾਰੇ ਮੈਂ ਅੱਗੇ ਦੱਸੂਗਾ ਕਲੋਜ਼ਡ ਓਪਨ ਵਰਕ ਪਰਮਿਟ ਕੀ ਹੁੰਦੇ। ਮੈਨੂੰ ਕਈ ਵਾਰ ਲੱਗਦਾ ਨਹੀਂ ਵੀ ਐਡਵਾਂਸ ਇੰਨੀ ਅਮਾਊਂਟ ਦੇਣਾ ਵਰਥ ਇਟ ਹੈਗਾ ਨਾ, ਕਿਉਂਕਿ ਇੰਨੀ ਅਮਾਊਂਟ ਦਾ ਤਾਂ ਹੀ ਫਾਇਦਾ ਆ ਵੀ ਜੇ ਤੁਸੀਂ 2-3 ਸਾਲ ਬਾਅਦ, ਹੈ ਨਾ, ਤੁਸੀਂ PR ਹੋਣ ਤੋਂ ਬਾਅਦ ਤੁਹਾਡੇ ਖਾਤੇ 'ਚ ਐਡੀ ਅਮਾਊਂਟ ਪਈ ਹੋਵੇ, ਤੁਹਾਨੂੰ ਐਂ ਲੱਗੂ ਵੀ ਹਾਂ ਵੀ ਪੈਸੇ ਪੂਰੇ ਹੋ ਗਏ, ਬਟ ਉਹ ਚੀਜ਼ ਕਰਨੀ ਬਹੁਤ ਮੁਸ਼ਕਿਲ ਆ। ਐਡੀ ਅਮਾਊਂਟ ਸੇਵ ਕਰਨੀ ਕੋਈ ਸੌਖਾ ਕੰਮ ਨਹੀਂ ਹੈਗਾ, ਨਾਲੇ ਉਹ ਕਲੋਜ਼ਡ ਵਰਕ ਪਰਮਿਟ 'ਤੇ ਹੁੰਦੀ ਨਹੀਂ। ਉਹ ਅੱਗੇ ਚੀਜ਼ਾਂ ਮੈਂ ਦੱਸੂਗਾ। ਸੋ ਪਹਿਲੀ ਡਿਸਐਡਵਾਂਟੇਜ ਹੋਗੀ ਜੀ ਕੋਸਟ, ਵੀ ਬਹੁਤ ਮਹਿੰਗਾ ਪ੍ਰੋਡਕਟ ਆ ਇਹ ਜਿਹੜਾ ਵਕੀਲਾਂ ਨੇ ਤਿਆਰ ਕੀਤਾ ਹੈ। ਜੇ ਕੋਈ ਥੋੜ੍ਹਾ ਬਹੁਤਾ ਸਸਤਾ ਹੁੰਦਾ ਫਿਰ ਆਪਾਂ ਕਹਿ ਸਕਦੇ ਸੀ ਵੀ ਹਾਂ ਇਹ ਪ੍ਰੋਡਕਟ ਨਾ ਲੈਣਾ ਚਾਹੀਦਾ। ਸੋ ਦੂਜੇ ਡਿਸਐਡਵਾਂਟੇਜ ਸਭ ਤੋਂ ਵੱਡੀ ਹੈਗੀ ਉਹ ਹੈਗੀ ਜੀ ਕਲੋਜ਼ਡ ਵਰਕ ਪਰਮਿਟ ਤੁਹਾਨੂੰ ਮਿਲਦਾ ਇੰਨੇ ਪੈਸੇ ਲਾ ਕੇ ਵੀ। ਕਲੋਜ਼ਡ ਵਰਕ ਪਰਮਿਟ ਦਾ ਇਹ ਮਤਲਬ ਹੋ ਗਿਆ ਵੀ ਭਾਈ ਤੁਹਾਡੇ ਵਰਕ ਪਰਮਿਟ ਦੇ ਉੱਤੇ ਲਿਖ ਦਿੱਤਾ ਜਾਂਦਾ ਵੀ ਤੁਸੀਂ ਆਹ ਬੰਦੇ ਕੋਲ ਕੰਮ ਕਰ ਸਕਦੇ ਹੋ, ਹੋਰ ਤੁਸੀਂ ਕਿਤੇ ਵੀ ਕੰਮ ਨਹੀਂ ਕਰ ਸਕਦੇ, ਈਵਨ ਕਿ ਤੁਸੀਂ ਊਬਰ ਤੱਕ ਵੀ ਨਹੀਂ ਚਲਾ ਸਕਦੇ ਆਪਦੇ ਅਕਾਊਂਟ 'ਤੇ। ਸੋ ਜੇ ਤੁਸੀਂ ਹੁਣ ਇੱਕੋ ਹੀ ਇੰਪਲੋਇਰ ਨਾਲ ਕਰਨਾ, ਉਹ ਵੀ ਜਿਹੜਾ ਲਿਸਟਡ ਆ, ਉਹ ਇੱਕ ਤਰ੍ਹਾਂ ਦਾ ਤੁਹਾਨੂੰ ਮੈਂ ਤੁਹਾਨੂੰ ਕਹਿ ਸਕਦਾ ਤੁਹਾਨੂੰ ਗੁਲਾਮੀ ਵੱਲ ਉਹ ਚੀਜ਼ ਧੱਕਦੀ ਆ, ਕਿਉਂਕਿ ਇੱਥੇ ਕੋਈ ਪਤਾ ਨਹੀਂ ਜੀ ਕਦੋਂ ਤੁਸੀਂ ਕਿਸੇ ਇੰਪਲੋਇਰ ਨਾਲ ਲੜ ਪੈਣਾ, ਹੈ ਨਾ। ਸਾਨੂੰ ਵੀ ਕਈ ਵਾਰ ਇੱਥੇ
ਆਪਾਂ ਰੂ ਆਮ ਹੁੰਦਾ ਹੀ ਆ ਜਦੋਂ ਆਪਾਂ ਜੁਆਇਨ ਕਰਦੇ ਹਾਂ ਕਈ ਵਾਰ ਨਹੀਂ ਬਣਦੀ ਆ ਸਾਡੇ ਕੋਲ ਕੋਈ ਗਲਤੀ ਹੋ ਜਾਂਦੀ ਆ ਜਾਂ ਸਾਨੂੰ ਸਾਡੀ ਕੋਈ ਲੜਾਈ ਹੋ ਜਾਂਦੀ ਆ ਤੁਸੀਂ ਕਿੱਥੇ ਜਾਓਗੇ ਸੋ ਤੁਸੀਂ ਇੱਦਾਂ ਕਿਸੇ ਹੋਰ ਕੰਪਨੀ ਦੇ ਵਿੱਚ ਲੱਗ ਹੀ ਨਹੀਂ ਸਕਦੇ ਤੁਹਾਨੂੰ ਉੱਥੇ ਹੀ ਲੱਗਣਾ ਪੈਣਾ ਚਾਹੇ ਇਨਵਾਇਰਮੈਂਟ ਡਿਪਰੈਸਿੰਗ ਆ ਜਾਂ ਤੁਹਾਡੇ ਨਾਲ ਕੋਈ ਐਕਸਪਲੋਇਟੇਸ਼ਨ ਹੋ ਰਹੀ ਆ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਤੁਹਾਨੂੰ ਉੱਥੇ ਹੀ ਕੰਮ 'ਤੇ ਲੱਗਣਾ ਪੈਣਾ ਤੁਸੀਂ ਕੋਈ ਹੋਰ ਜੋਬ ਨਹੀਂ ਕਰ ਸਕਦੇ ਸੋ ਇਹਦੇ ਰਿਲੇਟਿਡ ਹੀ ਜਿਹੜਾ ਤੀਜਾ ਡਰੋਬੈਕ ਆ ਜੀ ਉਹ ਇਹ ਆ ਵੀ ਤੁਸੀਂ ਉਹ ਜੋਬ ਛੱਡ ਨਹੀਂ ਸਕਦੇ ਹੁਣ ਇਹਦੇ 'ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦਊਂਗਾ ਹੁਣ ਉਹ ਜੋਬ ਛੱਡੋਗੇ ਕਿੱਦਾਂ ਜੇ ਤੁਸੀਂ ਜੋਬ ਛੱਡੋਗੇ ਤਾਂ ਓਬਵੀਅਸਲੀ ਕਿਤੇ ਹੋਰ ਲੱਗੋਗੇ ਕਿਉਂਕਿ ਤੁਸੀਂ ਪੀ ਆਰ ਦਾ ਵੀ ਸੋਚਣਾ ਅੱਗੇ ਅਤੇ ਉਹਦੇ ਲਈ ਫਿਰ ਅਗੇਨ ਤੁਹਾਨੂੰ ਜੋਬ ਚਾਹੀਦੀ ਆ ਇੱਕ ਮੁੰਡਾ ਸੀਗਾ ਜੀ ਉਹਦੇ ਉਹ ਸਾਡੇ ਨਾਲ ਵਰਕ ਪਰਮਿਟ 'ਤੇ ਇੱਥੇ ਆਇਆ ਸੀਗਾ ਉਹ ਕੀ ਕੀਤਾ ਉਹ ਜਿਹੜੀ ਕੰਪਨੀ 'ਚ ਲੱਗਾ ਸੀ ਉਹਦੀ ਉਸ ਕੰਪਨੀ ਨਾਲ ਬਣੀ ਨਹੀਂ ਜਾਂ ਕੋਈ ਡਿਸਪਿਊਟ ਹੋ ਗਈ ਉਹਨੂੰ ਅਲਟੀਮੇਟਲੀ ਉੱਥੇ ਜੋਬ ਛੱਡਣੀ ਪਈ ਅਤੇ ਜੋਬ ਛੱਡਣ ਤਾਂ ਉਹਨੂੰ ਇਹ ਨੁਕਸਾਨ ਹੋਇਆ ਪਹਿਲਾਂ ਤਾਂ ਉਹਨੇ ਇੱਕ LMIA ਲਈ ਸੀਗੀ ਐਡੇ ਪੈਸੇ ਭਰ ਕੇ ਸੋ ਅਗੇਨ ਉਹਨੂੰ ਇੱਕ ਦੂਜੀ ਹੋਰ LMIA ਲੈਣੀ ਪਈ ਪੈਸੇ ਦੇ ਕੇ ਸੋ ਉਹਨੇ ਦੋ LMIA ਬਾਏ ਕੀਤੀਆਂ ਸੋ ਉਹਦਾ ਟਾਈਮ ਵੀ ਖਰਾਬ ਹੋਇਆ ਪੈਸੇ ਵੀ ਖਰਾਬ ਹੋਏ ਕਿਉਂਕਿ ਹੋਰ ਤੁਹਾਡੇ ਕੋਲ ਕੋਈ ਵਿਚਾਰਾ ਨਹੀਂ ਅਤੇ ਇਹ ਚੀਜ਼ ਦੇ ਚਾਂਸਿਸ ਹੁੰਦੇ ਆ ਰੱਬ ਨਾ ਕਰੇ ਕਿਸੇ ਨਾਲ ਹੋਵੇ ਬਟ ਚਾਂਸਿਸ ਹੁੰਦੇ ਆ ਕਿਉਂਕਿ ਨਵੇਂ ਬੰਦੇ ਹੋ ਤੁਸੀਂ ਇੰਡੀਆ ਬੈਠੇ ਹੋ ਤੁਸੀਂ ਇੱਥੇ ਆਉਣਾ ਤੁਹਾਨੂੰ ਕੀ ਪਤਾ ਕਿਹੋ ਜਿਹੇ ਬੰਦੇ ਹੋਣੇ ਕਿਹੋ ਜਿਹਾ ਇੰਪਲੋਇਰ ਹੋਣਾ ਕਿਹੋ ਜਿਹਾ ਕੰਮ ਹੋਣਾ ਤੁਹਾਨੂੰ ਪਸੰਦ ਵੀ ਹੈਗਾ ਕਿ ਨਹੀਂ ਹੈਗਾ ਆਪਾਂ ਗੱਲ ਕਰਦੇ ਜੀ ਹੁਣ ਟੈਕਸ ਪੇ ਵੱਧ ਕਰਨਾ ਪੈਣਾ ਦੇਖੋ ਜੀ ਜਦੋਂ ਵੀ LMIA ਅਪਰੂਵ ਹੁੰਦੀ ਆ ਤਾਂ LMIA ਅਪਰੂਵਲ ਦੇ ਹਾਇਰ ਚਾਂਸ ਉਦੋਂ ਹੁੰਦੇ ਆ ਵੀ ਜਦੋਂ ਬਾਹਰੋਂ ਜਿਹੜਾ ਬੰਦਾ ਬੁਲਾ ਰਿਹਾ ਉਹਨੂੰ ਜ਼ਿਆਦਾ ਵੇਜ ਉਹਦੀ ਹੋਵੇ ਹੈ ਨਾ ਤਾਂ ਕੀ ਕੀਤਾ ਜਾਂਦਾ ਵੀ ਜ਼ਿਆਦਾ ਵੇਜ ਸ਼ੋਅ ਕੀਤੀ ਜਾਂਦੀ ਆ ਜੀ ਸੈਲਰੀ ਦੇ ਵਿੱਚ ਮੰਨ ਲਓ ਹੁਣ ਇੱਕ LMIA ਅਪਰੂਵ ਹੋਈ ਆ $25 'ਤੇ ਹੈ ਨਾ ਸੈਲਰੀ 'ਤੇ ਬਟ ਰੀਅਲ ਦੇ ਵਿੱਚ ਕੀ ਹੁੰਦਾ ਜੀ ਤੁਹਾਨੂੰ ਉਸ ਪ੍ਰੋਡਕਟ ਦੇ ਵਿੱਚ ਇੱਥੇ ਆ ਕੇ ਤੁਹਾਨੂੰ ਮਿਲਣਾ ਮਿਨੀਮਮ ਹੀ ਹੁੰਦਾ ਅਤੇ ਮਿਨੀਮਮ 'ਤੇ ਜਿਹੜਾ ਤੁਹਾਨੂੰ ਮਿਲਣਾ ਆ ਉਹਦੇ 'ਚ ਜਿਹੜਾ ਤੁਸੀਂ ਟੈਕਸ ਕਟਵਾ ਰਹੇ ਹੋ ਉਹ ਤਾਂ ਹੈਗਾ ਹੀ ਆ ਉਸ ਤੋਂ ਬਾਅਦ ਮੰਨ ਲਓ ਸ਼ੋਅ 25 ਕੀਤਾ ਹੋਇਆ ਮਿਲ ਤੁਹਾਨੂੰ $15 ਆ ਉਹ ਜਿਹੜਾ $10 ਦਾ ਡਿਫਰੈਂਸ ਆ ਪੇਪਰ 'ਚ ਸ਼ੋਅ ਹੋਇਆ ਓਬਵੀਅਸਲੀ ਹੁਣ ਜੇ ਇਨਕਮ ਵਧੀ ਆ ਤਾਂ ਉੱਥੇ ਟੈਕਸ ਵੀ ਵਧਣਾ ਤਾਂ ਉਹ $10 ਦਾ ਡਿਫਰੈਂਸ ਦੇ ਉੱਤੇ ਜਿਹੜਾ ਟੈਕਸ ਪੈਣਾ ਉਹ ਵੀ ਤੁਹਾਨੂੰ ਆਪਣੀ ਜੇਬ 'ਚ ਪੇ ਕਰਨਾ ਪੈਂਦਾ ਮੋਸਟ ਆਫ ਦਾ ਕੇਸਿਸ ਦੇ ਵਿੱਚ ਕਿਉਂਕਿ ਇਹ ਕਹਿ ਲਓ ਵੀ ਇੰਨੀ ਮੋਨੋਪਲੀ ਹੈ ਇਹਨਾਂ ਦੀ ਵੀ ਉਹ ਸਾਰਾ ਕੁਛ ਬਾਹਰਲੇ ਬੰਦੇ ਤੋਂ ਹੀ ਕਢਾਉਂਦੇ ਆ ਵੀ ਨਾ ਟੈਕਸ ਵੀ ਤੂੰ ਪੇ ਕਰ ਅਮਾਊਂਟ ਵੀ ਤੂੰ ਪੇ ਕਰ ਸਾਰੇ ਜਿੰਨੇ ਐਕਸਟਰਾ ਖਰਚੇ ਹੁੰਦੇ ਸਾਰੇ ਬੰਦੇ ਤੋਂ ਕਢਵਾਉਂਦੇ ਆ ਸੋ ਜੇ ਤੁਸੀਂ ਹੁਣ ਉੱਪਰਲੇ ਪੈਸਿਆਂ ਦੇ ਤੁਹਾਨੂੰ ਟੈਕਸ ਪੇ ਕਰਨਾ ਪਏਗਾ ਅਗੇਨ ਜੀ ਉਹ ਤੁਹਾਡੀ ਪੋਕਟ 'ਚੋਂ ਜਾਣਾ ਪਹਿਲਾਂ ਤੁਸੀਂ ਪਹਿਲੀ ਸੈਲਰੀ 'ਚੋਂ ਟੈਕਸ ਕਟਾ ਰਹੇ ਹੋ ਮੁੜ ਕੇ ਉਹ ਸੈਲਰੀ 'ਚੋਂ ਫਿਰ ਜਿਹੜਾ ਡਿਫਰੈਂਸ ਆ ਉਹ ਫਿਰ ਤੁਸੀਂ ਕੈਸ਼ ਕਢਵਾ ਕੇ ਦੇਣਾ ਹੈ ਨਾ ਤੁਸੀਂ ਐਂ ਕਹਿ ਲਓ ਵੀ ਐਡੇ ਪੈਸੇ ਲਾ ਕੇ ਫਿਰ ਤੁਹਾਡੇ ਹੀ ਪੈਸੇ ਲੱਗੀ ਜਾਣੇ ਆ ਜੀ ਅਤੇ ਉਹਨਾਂ ਚਿਰ ਲੱਗੀ ਜਾਣੇ ਜਦੋਂ ਤੁਹਾਨੂੰ ਐਟਲੀਸਟ 1 ਸਾਲ ਦਾ ਐਕਸਪੀਰੀਅੰਸ ਨਹੀਂ ਹੋ ਜਾਂਦਾ ਈਵਨ ਕਿ ਉਸ ਤੋਂ ਬਾਅਦ ਵੀ ਜਿੰਨਾ ਚਿਰ ਤੁਹਾਡੀ PR ਫਾਈਲ ਵਗੈਰਾ ਨਹੀਂ ਲੱਗ ਜਾਂਦੀ ਸੋ ਆਹ ਚੀਜ਼ ਮੈਨੂੰ ਬਹੁਤ ਘਾਟੇ ਦਾ ਸੌਦਾ ਲੱਗੀ ਬਹੁਤ ਬੰਦੇ ਮੈਂ ਦੇਖੇ ਆ ਮਤਲਬ ਇਹ ਟਾਈਮ ਬਹੁਤ ਡਿਪਰੈਸਿੰਗ ਹੁੰਦਾ ਉਹਨਾਂ ਨੂੰ ਐਂ ਲੱਗਦਾ ਯਾਰ ਵੀ ਪੈਸੇ ਜਾਈ ਜਾਂਦੇ ਵੀ ਬਣਨਾ ਕੀ ਆ ਸੋ ਲਾਸਟ ਜਿਹੜੀ ਡਿਸਐਡਵਾਂਟੇਜ ਆ ਉਹ ਹੈਗੀ ਆ ਜੀ ਲੈਸ ਅਰਨਿੰਗ ਹੁਣ ਓਬਵੀਅਸਲੀ ਜਿਹੜੇ ਬੰਦੇ ਨੂੰ ਇੱਕੋ ਕੰਪਨੀ ਨਾਲ ਉਹਦਾ ਕੰਟਰੈਕਟ ਆ ਉੱਥੇ ਹੀ ਕੰਮ ਕਰ ਸਕਦਾ ਉਹ ਕਿਤੇ ਹੋਰ ਨਹੀਂ ਕੰਮ ਕਰ ਸਕਦਾ ਤਾਂ ਤੁਹਾਨੂੰ ਇੱਕੋ ਕੰਪਨੀ 'ਚ ਸਟੱਕ ਕਰਨਾ ਪੈਣਾ ਹੋ ਸਕਦਾ ਉੱਥੇ ਓਵਰ ਟਾਈਮ ਤੁਹਾਨੂੰ ਨਾ ਮਿਲੇ ਹੋ ਸਕਦਾ ਮਿਲ ਵੀ ਜਾਵੇ ਬਟ ਠੀਕ ਆ ਜੇ ਨਹੀਂ ਮਿਲਦਾ ਤੁਹਾਨੂੰ ਓਵਰ ਟਾਈਮ ਤੁਸੀਂ ਕਿੱਥੇ ਜਾਓਗੇ ਤੁਸੀਂ ਹੋਰ ਕੋਈ ਕੰਮ ਵੀ ਨਹੀਂ ਕਰ ਸਕਦੇ ਉਹ ਤੁਹਾਨੂੰ ਐਂ ਲੱਗੂਗਾ ਵੀ ਤੁਹਾਨੂੰ ਕੈਨੇਡਾ 'ਚ ਤਾਂ ਲਿਆ ਕੇ ਰੱਖਤਾ ਬਟ ਤੁਹਾਨੂੰ ਫੁੱਲ ਪਾਵਰ ਨਹੀਂ ਦਿੱਤੀ ਵੀ ਤੁਸੀਂ ਕਿਤੇ ਵੀ ਜਾ ਸਕੋ ਕਿਤੇ ਵੀ ਕੰਮ ਕਰ ਸਕੋ ਜੋ ਕਿ ਜ਼ਰੂਰੀ ਚਾਹੀਦੀ ਹੁੰਦੀ ਆ ਹੁਣ ਇਹਦਾ ਅਜੇ ਕੰਪੈਰੀਜ਼ਨ ਆਪਾਂ ਸਟੂਡੈਂਟ ਵਾਲੇ ਕੇਸ ਨਾਲ ਕਰੀ ਜਦੋਂ ਸਟੱਡੀ ਆਪਾਂ ਕਰਦੇ ਹਾਂ ਤਾਂ ਸਾਨੂੰ ਓਪਨ ਵਰਕ ਪਰਮਿਟ ਮਿਲਦਾ ਓਪਨ ਵਰਕ ਪਰਮਿਟ 'ਚ ਤੁਸੀਂ ਕਿਤੇ ਵੀ ਜਾਓ ਜੀ
ਕੰਮ ਛੱਡਣਾ ਛੱਡੋ, 2 ਮਹੀਨੇ ਲਾਓ, ਕਿਤੇ ਕੰਮ ਕੀਤਾ ਤੁਹਾਨੂੰ ਨਹੀਂ ਸਵਾਦ ਆਇਆ ਜਾਂ ਤੁਹਾਨੂੰ ਲੱਗਾ ਵੀ ਯਾਰ ਨਹੀਂ ਮੈਨੂੰ ਇੱਥੇ ਰਿਸਪੈਕਟ ਨਹੀਂ ਮਿਲਦੀ ਜਾਂ ਪੇ ਨਹੀਂ ਵਧੀਆ, ਤੁਸੀਂ ਲੱਤ ਮਾਰੋ ਕੰਮ ਨੂੰ, ਤੁਸੀਂ ਹੋਰ ਕਿਤੇ ਕੰਮ 'ਤੇ ਜਾ ਕੇ ਲੱਗ ਸਕਦੇ ਹੋ, ਅਤੇ ਤੁਹਾਡਾ ਉਹ ਟੋਟਮਾ ਐਕਸਪੀਰੀਅੰਸ ਵੀ ਤੁਹਾਡਾ ਪੀ ਆਰ ਲਈ ਕਾਊਂਟ ਹੁੰਦਾ, ਮਤਲਬ ਇੰਨੀ ਤੁਹਾਨੂੰ ਖੁੱਲ੍ਹ ਮਿਲ ਜਾਂਦੀ ਹੈ ਜਦੋਂ ਸਟੱਡੀ ਵੀਜ਼ੇ ਤੋਂ ਬਾਅਦ ਜਿਹੜਾ ਪਰਮਿਟ ਮਿਲਦਾ। ਬਟ ਕਲੋਜ਼ ਵਰਕ ਪਰਮਿਟ 'ਚ ਤੁਹਾਡੇ ਕੋਲ ਲਿਮਿਟਡ ਆਵਰਸ, ਅਰਨਿੰਗ ਵੀ ਨਹੀਂ ਤੁਹਾਡੀ ਖਾਸ ਹੋਣੀ ਆ, ਫਿਰ ਜੇ ਬਚ ਦੀ ਆਪਸ਼ਨ ਤਾਂ ਉਹ ਕੈਸ਼ ਵਾਲੀ ਆ। ਅੱਜ ਕੱਲ੍ਹ ਕੰਮ ਵੈਸੇ ਹੀ ਜਿਹੜੇ 1 ਨੰਬਰ ਵਾਲੇ ਡੁੱਬੇ ਪਏ ਆ, ਅਤੇ ਦੂਜੇ ਕੰਮ ਤੁਹਾਨੂੰ ਕਿੱਥੋਂ ਮਿਲਣੇ, ਹੈ ਨਾ। ਸੋ ਆਹ ਚੀਜ਼ਾਂ ਤੁਹਾਨੂੰ ਸੋਚਣ ਦੀ ਲੋੜ ਆ, ਇਹ ਚੀਜ਼ਾਂ ਤੁਹਾਨੂੰ ਜਿਹਨੇ ਤਾਂ LMI ਪ੍ਰੋਵਾਈਡ ਕਰਕੇ ਦੇਣੀ ਉਹ ਕਦੀ ਵੀ ਨਹੀਂ ਦੱਸੂਗਾ ਜੀ। ਇਹ ਚੀਜ਼ਾਂ ਜਦੋਂ ਤੁਸੀਂ ਇੱਥੇ ਆ ਕੇ ਐਕਸਪੀਰੀਅੰਸ ਕਰੋਗੇ ਫਿਰ ਤੁਹਾਨੂੰ ਪਤਾ ਲੱਗਦੀਆਂ। ਸੋ ਹੁਣ ਤੁਸੀਂ ਪੁੱਛੋਗੇ ਵੀ ਭਾਈ ਇਹ ਦੱਸ ਵੀ ਇਹ ਵਰਥ ਇਟ ਹੈਗਾ ਕਿ ਨਹੀਂ ਹੈਗਾ। ਦੇਖੋ ਜੀ, ਮੇਰੇ ਅਨੁਸਾਰ ਤਾਂ ਇਹ ਆ ਵੀ ਜੇ ਤੁਸੀਂ ਕੰਪੇਅਰ ਕਰੋ ਤਾਂ ਸਟੱਡੀ ਵੀਜ਼ੇ ਤੋਂ ਬਾਅਦ ਜਿਹੜਾ ਵਰਕ ਪਰਮਿਟ ਮਿਲਣਾ ਉਹ 'ਚ ਤੁਹਾਨੂੰ ਦੇਖੋ ਪੁਆਇੰਟ ਵੀ ਤੁਹਾਡੇ ਐਡ ਹੋ ਜਾਣੇ ਇੱਧਰਲੀ ਸਟੱਡੀ ਦੇ, ਤੁਹਾਨੂੰ ਇੱਕ ਸਟੱਡੀ ਵੀ ਮਿਲ ਜਾਣੀ ਆ, ਤੁਹਾਡੇ ਕੋਲ ਡਿਗਰੀ ਡਿਪਲੋਮਾ ਕੋਈ ਮਿਲ ਜਾਣਾ, ਤੁਹਾਨੂੰ ਵਰਕ ਪਰਮਿਟ ਵੀ ਓਪਨ ਮਿਲਣਾ 19 ਪੈਸਿਆਂ ਦੇ ਵਿੱਚ, ਹੈ ਨਾ। ਵਰਕ ਪਰਮਿਟ ਵੀ ਤੁਹਾਨੂੰ ਓਪਨ ਮਿਲਣਾ ਆ, ਤੁਸੀਂ ਕਿਤੇ ਵੀ ਕੰਮ 'ਤੇ ਲੱਗ ਸਕਦੇ ਹੋ, ਮਿਲਣਾ ਵੀ 3 ਸਾਲ ਦਾ ਆ। ਇਹ ਚੀਜ਼ਾਂ ਦੇ ਕੰਪੈਰੀਜ਼ਨ 'ਚ ਜਿਹੜੇ ਸਟੂਡੈਂਟ ਨੂੰ ਥੋੜ੍ਹੀ ਜ਼ਿਆਦਾ ਆਪਸ਼ਨ ਮਿਲਦੀ ਆ ਵਰਕ ਪਰਮਿਟ ਦੇ ਵਿੱਚ। ਸੋ ਮੈਨੂੰ ਐਂ ਲੱਗਦਾ ਵੀ ਸ਼ੋਰਟ ਟਰਮ 'ਚ ਤਾਂ ਤੁਹਾਨੂੰ ਐਂ ਲੱਗੂ ਵੀ ਤੁਹਾਡੇ ਨਾਲ ਧੱਕਾ ਹੀ ਹੋ ਗਿਆ ਭਾਈ, ਵੀ ਅਸੀਂ ਕਿੱਥੇ ਆ ਗਏ, ਕਿੱਥੇ ਇੰਨੇ ਪੈਸੇ ਫਸਾ ਲਏ। 2 ਸਾਲ 3 ਸਾਲ ਤੱਕ ਤੁਹਾਨੂੰ ਹੋ ਸਕਦਾ ਐਵੇਂ ਲੱਗੇ, ਅਨਟਿਲ ਤੁਸੀਂ PR ਨਹੀਂ ਹੋ ਜਾਂਦੇ। ਪੇਸ਼ੈਂਸ ਬਹੁਤ ਰੱਖਣਾ ਪੈਣਾ ਫਿਰ ਤੁਹਾਨੂੰ, ਜੇ ਤੁਸੀਂ ਇਹਨੂੰ ਵਰਥ ਇਟ ਕਰਨਾ ਤਾਂ ਥੋੜ੍ਹਾ ਸਬਰ ਰੱਖਣਾ ਪੈਣਾ, ਤੁਹਾਨੂੰ ਬੈਂਕ ਬੈਲੈਂਸ ਵੀ ਰੱਖਣਾ ਪੈਣਾ ਇੰਡੀਆ ਜਾਂ ਬੈਕ ਹੋਮ ਜਾਂ ਕਿਤੇ ਵੀ, ਕਿ ਭਾਈ ਐਮਰਜੈਂਸੀ 'ਚ ਤੁਹਾਨੂੰ ਜੇ ਫੰਡਾਂ ਦੀ ਲੋੜ ਪੈਂਦੀ ਆ, ਕਿਉਂਕਿ ਇੱਥੇ ਤਾਂ ਤੁਹਾਡੇ ਕੋਲ ਇੰਨੇ ਪੈਸੇ ਬਣਦੇ ਨਹੀਂ। ਹੁਣ ਜਿਹਦੇ ਕੋਲ ਹੱਲ ਹੀ ਕੋਈ ਨਹੀਂ ਹੈਗਾ ਉਹ ਤਾਂ ਫਿਰ ਭਾਈ ਆਹੀ ਕਰੂਗਾ, ਉਹਦੇ ਕੋਲ ਹੱਲ ਹੀ ਫਿਰ ਵਰਕ ਪਰਮਿਟ ਵਾਲਾ ਹੀ ਰਹਿ ਗਿਆ, ਕਿਉਂਕਿ LMI ਵਾਲੇ ਉਹੀ ਨੇ ਜਿਨ੍ਹਾਂ ਦੇ ਜ਼ਿਆਦਾਤਰ ਸਟੱਡੀ ਵੀਜ਼ੇ ਨਹੀਂ ਲੱਗਦੇ ਜਾਂ ਰਿਫਿਊਜ਼ਲਾਂ ਆ ਜਾਂਦੀਆਂ ਜਾਂ ਫਿਰ ਜਿਹਨਾਂ ਦੀ ਏਜ ਜ਼ਿਆਦਾ ਹੋ ਜਾਂਦੀ ਆ। ਸੋ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਵੀ ਹੈ ਨਹੀਂ, ਬਟ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਦੱਸਤੀ ਵੀ ਥੋੜ੍ਹੀ ਤੁਹਾਨੂੰ ਗੁਲਾਮੀ ਫੀਲ ਹੋਊਗੀ, ਥੋੜ੍ਹੀ ਸਲੇਵਰੀ ਲਾਈਫ ਹੋ ਜਾਂਦੀ ਆ ਬੰਦੇ ਦੀ। ਬਟ ਹਾਂ, ਜੇ ਤੁਸੀਂ ਵਰਥ ਇਟ ਕਰਾਉਣਾ ਇਸ ਚੀਜ਼ ਨੂੰ ਤਾਂ ਤੁਹਾਨੂੰ ਪੇਸ਼ੈਂਸ ਬਹੁਤ ਰੱਖਣਾ ਪੈਣਾ। ਸੋ ਆਹ ਸੀਗੀ ਜੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ, ਅਤੇ ਜੇ ਕੋਈ ਤੁਹਾਡਾ ਹੋਰ ਕੁਐਸਚਨ ਹੋਇਆ ਤੁਸੀਂ ਕਮੈਂਟ ਕਰ ਸਕਦੇ ਹੋ, ਮੈਂ ਟਰਾਈ ਕਰੂੰਗਾ, ਮੈਂ ਰਿਪਲਾਈ ਕਰਾਂ ਤੁਹਾਨੂੰ ਉਸ ਚੀਜ਼ ਬਾਰੇ। ਬਾਕੀ ਬੈਸਟ ਵਿਸ਼ਿਜ਼ ਆ ਜੀ ਸਾਰਿਆਂ ਨੂੰ, ਸਾਰੇ ਬੰਦੇ ਇੱਥੇ ਆ ਕੇ ਕਾਮਯਾਬ ਹੋਣ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਆਉਣ। ਠੀਕ ਆ ਜੀ, ਖਿਆਲ ਰੱਖਿਓ ਆਪਣਾ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ।